ਰਹੇ ਸਾਰੇ ਦਰਸ਼ਕਾਂ ਨੂੰ ਅਵਤਾਰ ਆਨੰਦਪੁਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਸ ਤਰੀਕੇ ਦੇ ਨਾਲ ਅਸੀਂ ਕੈਨੇਡਾ ਦੇ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਕਵਰੇਜ ਕਰਨ ਦਾ ਸਾਨੂੰ ਮੌਕਾ ਮਿਲਿਆ, ਇੱਥੇ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਵੀ ਅਸੀਂ ਤੁਹਾਨੂੰ ਸਨਮੁਖ ਕਰਨਾ ਚਾਹਾਂਗੇ ਜਿਹੜੀਆਂ ਸੇਵਾ ਭਾਵਨਾ ਦੇ ਨਾਲ ਚੱਲ ਰਹੀਆਂ ਨੇ, ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਦੇ ਨਾਲ ਨਾਲ ਜਿਹੜੀ ਆ ਉਹ ਸੰਗਤ ਦੇ ਲੇਖੇ ਲਾਉਂਦੀਆਂ ਨੇ ਜਿੱਥੇ ਕਿਤੇ ਲੋੜ ਪੈਂਦੀ ਆ। ਅਕਾਲ ਸੇਵਾ ਫਾਊਂਡੇਸ਼ਨ ਦੇ ਆਰਗੇਨਾਈਜ਼ਰ ਸਰਦਾਰ ਕਰਨੈਲ ਸਿੰਘ ਜੀ ਰਾਏ ਸਾਹਿਬ ਸਾਡੇ ਨਾਲ ਨੇ, ਸੋ ਇਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ। ਸਰਦਾਰ ਕਰਨੈਲ ਸਿੰਘ ਜੀ ਰਾਏ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਦਾ। ਸੋ ਸਾਡੀ ਫਾਊਂਡੇਸ਼ਨ ਵੈਸੇ ਤਾਂ ਅਸੀਂ ਹੁਣੇ ਰੀਸੈਂਟਲੀ ਰਜਿਸਟਰ ਕਰਾਈ ਹੈ, ਸਾਨੂੰ ਲੋੜ ਪੈ ਗਈ। ਪਹਿਲਾਂ ਅਸੀਂ ਆਪਣੇ ਜਿੰਨੇ ਵੀ ਸਾਡੇ ਸੱਜਣ ਮਿੱਤਰ ਸਨ, ਅਸੀਂ ਇਕੱਠੇ ਹੋ ਕੇ ਕੰਮ 2010 ਤੋਂ ਸ਼ੁਰੂ ਕੀਤਾ ਸੀ ਜੀ। 80 ਵਿੱਚ ਭੁਚਾਲ ਆਇਆ, ਉਹਦੇ ਕਾਰਨ ਇਕੱਠੇ ਹੋਏ, ਦਾਸ ਗੁਰਦੁਆਰਾ ਸਾਹਿਬ ਦੀ ਸੁਸਾਇਟੀ ਵਿੱਚ ਕੰਮ ਕਰ ਰਿਹਾ ਸੀਗਾ। ਫਿਰ ਪਰਸਨਲੀ ਜਾ ਕੇ ਉੱਥੇ 2 ਹਫ਼ਤੇ ਅਸੀਂ ਆਪ ਫੂਡ ਬਣਾਇਆ। ਉੱਥੇ 5 ਜਣੇ ਅਸੀਂ ਇੱਥੋਂ ਗਏ ਸੀ ਸਰੀ ਦੇ ਵਿੱਚੋਂ ਇੱਕ ਟੀਮ ਦੇ ਵਿੱਚ, ਅਤੇ ਉੱਥੇ 2 ਹਫ਼ਤੇ ਰਹਿ ਕੇ ਅਸੀਂ ਫੂਡ ਬਣਾ ਕੇ, ਜੋ ਬੇਘਰੇ ਹੋ ਚੁੱਕੇ ਸਨ, ਕੁਦਰਤੀ ਆਫਤ ਆਈ ਸੀ, ਸੋ ਉਹਨਾਂ ਦੇ ਵਿੱਚ ਅਸੀਂ 2 ਹਫ਼ਤੇ ਜਾ ਕੇ ਸੇਵਾ ਕੀਤੀ। ਫਿਰ ਸਮੇਂ ਸਮੇਂ ਸਿਰ ਇੱਥੇ ਗੁਰੂ ਨਾਨਕ ਫਰੀ ਕਿਚਨ ਚੱਲਦੀ, ਉਹਦੇ ਵਿੱਚ ਵੀ ਯੋਗਦਾਨ ਪਾਉਂਦੇ ਰਹੇ। ਸਮੇਂ ਸਮੇਂ ਸਿਰ ਜਿਹੜੇ ਬੇਘਰੇ ਨੇ, ਇੱਥੇ ਦੇ ਵਸਿੰਦੇ ਲੋਕ ਜੋ ਵੈਨਕੂਵਰ ਡਾਊਨਟਾਊਨ ਵਿਖੇ ਰਹਿੰਦੇ ਨੇ, ਉਹਨਾਂ ਦੇ ਵਿੱਚ ਅਸੀਂ ਵਿੰਟਰ 'ਚ ਜਾ ਕੇ ਕੁਛ ਇੱਦਾਂ ਕੰਬਲ ਵਗੈਰਾ ਵੰਡਦੇ ਰਹੇ, ਜੈਕਟਾਂ ਲਿਜਾ ਕੇ ਵੰਡੀ ਦੀਆਂ ਨੇ। ਫਿਰ ਸਾਡੀ ਫੂਡ ਡਰਾਈਵ, ਇੱਥੇ ਇੱਕ ਐਨੂਅਲ ਫੂਡ ਡਰਾਈਵ ਹੁੰਦੀ ਬਹੁਤ ਵੱਡੇ ਲੈਵਲ 'ਤੇ ਸੰਤ ਜਰਨੈਲ ਸਿੰਘ ਪਿੰਡਰਾਲੇ ਦੇ ਨਾਂ 'ਤੇ, ਉਹਨਾਂ ਦੇ ਵਿੱਚ ਵੀ ਅਸੀਂ ਆਪਣਾ ਬਣਦਾ ਯੋਗਦਾਨ ਪਾਈਦਾ। ਫਿਰ ਇੱਥੋਂ ਦਾ ਜਿਹੜਾ ਯੂਥ ਹੈਗਾ, ਇੱਥੇ ਦੇ ਜੰਪਲ ਬੱਚੇ, ਕੋਈ ਵੀ ਫੰਕਸ਼ਨ ਉਹਨਾਂ ਨੇ ਕਰਨਾ ਹੋਵੇ ਸਾਡੇ ਤੱਕ ਉਹ ਅਪਰੋਚ ਕਰਦੇ ਆ, ਸਾਡਾ ਬਣਦਾ ਜੋ ਸਾਡੇ ਕੋਲ ਬਣਦਾ ਸਰਦਾ, ਅਸੀਂ ਉਹਨਾਂ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ, ਅਸੀਂ ਉਹਨਾਂ ਨਾਲ ਪਾਈਦਾ ਅਤੇ ਉਹਨਾਂ ਨੂੰ ਉਤਸ਼ਾਹਿਤ ਕਰੀਦਾ ਵੀ ਗਾਂਹ ਤੋਂ ਵੀ ਚੰਗੇ ਕੰਮ ਜਿਹੜੇ ਆ ਕਮਿਊਨਿਟੀ ਲਈ, ਜੋ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਨਿਰਮਲ ਪੰਥ ਦੀ ਜਿਹੜੀ ਰੀਤ ਸੀ, ਸਾਨੂੰ ਨਿਆਰਾਪਣ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀ, ਉਹਦੇ ਅੰਦਰ ਬਹੁਤ ਚੀਜ਼ਾਂ ਜਿਹੜੀਆਂ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਦੱਸ ਗਏ ਨੇ ਵੀ ਕਿਹੜੇ ਚੰਗੇ ਕੰਮ ਆ, ਕਿਹੜੇ ਚੰਗੇ ਗੁਣਾ ਕਰਕੇ ਆਪਣਾ ਤੁਸੀਂ ਜੀਵਨ ਬਹੁਤ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ ਹੋ। ਉਹਨਾਂ ਕੰਮਾਂ, ਸਾਰਿਆਂ ਕੰਮਾਂ ਦੇ ਵਿੱਚ ਹੀ ਸਾਡੀ ਫਾਊਂਡੇਸ਼ਨ, ਜਿੰਨੇ ਸਾਡੇ ਮੇਰੇ ਨਾਲ ਦੇ ਮਿੱਤਰ ਨੇ, ਅਸੀਂ ਸਮੇਂ ਸਮੇਂ ਸਿਰ ਯੋਗਦਾਨ ਪਾਉਂਦੇ ਰਹੀਦਾ। ਜਿਸ ਤਰ੍ਹਾਂ ਆਪਣੇ ਪੰਜਾਬ ਵਿੱਚ ਹੁਣ ਪਾਣੀਆਂ ਨਾਲ ਹੜ੍ਹ ਆਏ ਸੀ ਕਾਫੀ, ਹੈ ਨਾ, ਅਤੇ ਸਰਦਾਰ ਰਵੀ ਸਿੰਘ ਖਾਲਸਾ, ਖਾਲਸਾ ਏਡ ਵਾਲੇ, ਉਹ ਇੱਥੇ ਆਏ, ਉਹਨਾਂ ਨੇ ਪ੍ਰੋਗਰਾਮ ਕੀਤਾ, ਸੋ ਅਸੀਂ ਉਹਦੇ ਵਿੱਚ ਵੀ ਆਪਣਾ ਬਣਦਾ ਸਰਦਾ ਜਿੰਨਾ ਵੀ ਸਾਡਾ ਸਹਿਯੋਗ ਪਾਇਆ, ਕੋਈ ਦੇਣ ਵਾਲਾ ਨਹੀਂ ਆਪਣੇ ਹੱਥੋਂ, ਇਹ ਸਭ ਪਰਮਾਤਮਾ ਦੀ ਮਾਇਆ ਦਿੱਤੀ ਹੋਈ ਵੀ ਹੈ, ਵਾਹਿਗੁਰੂ ਜੀ ਨੇ ਦਿੱਤਾ, ਉਹਦੇ ਦਿੱਤੇ ਵਿੱਚੋਂ ਹੀ ਆਪਾਂ ਗਾਂਹ ਜ਼ਰੀਆ ਬਣ ਜਾਂਦਾ ਬੰਦਾ ਇੱਕ ਦੋ ਦੀ ਹੈਲਪ ਕਰਨ ਨੂੰ। ਸੋ ਆਪਣੀ ਹਉਮੈ ਨੂੰ, ਆਪਣੀ ਈਗੋ ਨੂੰ ਤਿਆਗ ਕਰ ਕਰਕੇ ਨਿਮਰਤਾ ਦੇ ਨਾਲ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਜਿੱਥੇ ਜਿੱਥੇ ਆਪ ਜੀ ਦੇ ਚੈਨਲ ਰਾਹੀਂ ਆਵਾਜ਼ ਆਉਂਦੀ ਹੈ, ਆਪਣੀ ਨਿਮਰਤਾ 'ਚ ਰਹਿ ਕੇ ਸੇਵਾ ਕਰਨੀ ਸਿੱਖੋ, ਔਰ ਸਿੱਖੀ ਜਿਹੜੀ ਹੈ ਉਹ ਘਰਾਂ ਤੋਂ ਹੀ ਚੱਲਦੀ ਹੈ, ਔਰ ਸਿੱਖੀ ਦੇ ਅੰਦਰ ਬਹੁਤ ਕੁਛ ਛਿਪਿਆ ਪਿਆ ਜਿਹੜਾ ਨੂੰ ਆਪਾਂ ਨੂੰ ਖੋਜ ਕਰਕੇ ਲੱਭਣਾ ਪੈਣਾ। ਰਾਏ ਸਾਹਿਬ, ਜਿੱਦਾਂ ਬਾਹਰਲੇ ਜਿਹੜੇ ਕੈਨੇਡਾ 'ਚ ਨੇ, ਭਾਵੇਂ ਇੰਗਲੈਂਡ 'ਚ ਨੇ, ਭਾਵੇਂ ਅਮੈਰੀਕਾ 'ਚ ਵੱਸਦੇ ਨੇ, ਲੋਕ ਬਹੁਤ ਯੋਗਦਾਨ ਦਿੰਦੇ ਆ। ਅੱਜ ਰਵੀ ਸਿੰਘ ਉਹਨਾਂ ਨੇ ਪੂਰੇ ਵੱਡੇ ਪੱਧਰ 'ਤੇ ਸਿੱਖ ਇਤਿਹਾਸ ਦੇ ਪੰਨਿਆਂ ਦੇ ਨਾਂ ਉਗਰਿਆ, ਇੱਦਾਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਕੰਮ ਕਰ ਰਹੀਆਂ ਨੇ, ਪਰ ਕੀ ਜਿਵੇਂ ਸਾਡੀਆਂ ਸ਼੍ਰੋਮਣੀ ਕਮੇਟੀ ਲਾ ਲਓ, ਉਹਦਾ ਪੰਜਾਬ ਸਰਕਾਰ ਤੋਂ ਵੱਡਾ ਬਜਟ ਹੈਗਾ ਦੱਸਿਆ ਜਾਂਦਾ, ਪਰ
ਸਾਡੇ ਸਕੂਲਾਂ ਦੀ ਪ੍ਰਾਇਮਰੀ ਸਕੂਲਾਂ ਦੀ ਜਿਹੜੀ ਦੁਰਦਸ਼ਾ ਉਹ ਬਹੁਤ ਮਾੜੀ ਆ। ਬੱਚਿਆਂ ਦਾ ਐਨਆਰਆਈ ਜਾ ਕੇ ਉੱਥੇ ਸਪੋਰਟ ਕਰਦੇ ਨੇ ਆਪਣੇ ਪਿੰਡਾਂ ਦੇ ਵਿੱਚ, ਕਿ ਸਾਡੀਆਂ ਉਹ ਜਿਹੜੀਆਂ ਜਥੇਬੰਦੀਆਂ ਨੇ ਜਾਂ ਉਹ ਜਿਹੀਆਂ ਸੰਸਥਾਵਾਂ ਨੇ ਕਿ ਸਿਰੋਪੇ ਦੇਣ ਤੱਕ ਹੀ ਜਾਂ ਲੈਣ ਤੱਕ ਹੀ ਸੀਮਿਤ ਨੇ, ਜਾਂ ਉਹਨਾਂ ਨੂੰ ਕੋਈ ਹੋਰ ਵੱਡੇ ਹੰਭਲਾ ਮਾਰਨ ਦੀ ਲੋੜ ਆ ਇਸ ਵਿਸ਼ੇ ਦੇ ਉੱਤੇ। ਇਹ ਬਹੁਤ ਅੱਛਾ ਕੁਝ ਤੁਸੀਂ ਔਰ ਦੁੱਖ ਦੀ ਰਗ ਤੇ ਹੱਥ ਰੱਖਿਆ। ਸਾਡੇ ਜੋ ਲੀਡਰ ਸਿੱਖ ਲੀਡਰ ਨੇ ਪੰਜਾਬ ਦੇ, ਖਾਸ ਕਰਕੇ ਉਹਨਾਂ ਦੇ ਵਿੱਚ ਕੰਮ ਕਰਨ ਦੀ ਕੋਈ ਦਿਲਚਸਪੀ ਨਹੀਂ ਹੈਗੀ। ਜੇ ਕੰਮ ਕਰਨਾ ਹੋਵੇ ਤਾਂ ਬਹੁਤ ਕੁਝ ਕੰਮ ਇੱਕ ਲੀਡਰ, ਇੱਕ ਪਿੰਡ ਦਾ ਸਰਪੰਚ ਹੋ ਕੇ, ਕਈ ਤੁਸੀਂ ਦੇਖੋ ਬੰਦੇ ਕੰਮ ਕਰ ਰਹੇ ਨੇ। ਹੁਣ ਸਾਡੇ ਇੱਥੇ ਸਰੀ ਤੋਂ ਇੱਕ ਸਰਦਾਰ ਲਿੰਬਰ ਸਿੰਘ ਕੰਗ ਗਏ ਨੇ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਗ੍ਰੀਨ ਪਾਰਕ ਪਿੰਡ ਜਾ ਕੇ ਬਣਾ ਰਹੇ ਨੇ, ਕਿਆ ਬਾਤ ਹੈ, ਪੈਸਾ ਲਾ ਰਹੇ ਨੇ। ਮੈਂ ਤਾਂ ਇਹੀ ਬੇਨਤੀ ਅਰਦਾਸ ਕਰਦਾ ਸਾਰੇ ਹੀ ਸਿੱਖ ਲੀਡਰਾਂ ਨੂੰ ਔਰ ਸਾਰੇ ਹੀ ਸੂਝਵਾਨ ਸੱਜਣਾਂ ਨੂੰ, ਭਾਈ ਪੰਜਾਬ ਨੂੰ ਬਚਾ ਲਓ, ਆਪਣੇ ਦੇਸ਼ ਨੂੰ ਬਲਕਿ ਭਾਰਤ ਨੂੰ ਬਚਾ ਲਓ, ਵਧੀਆ ਕੰਮ ਕਰੋ, ਜ਼ਿਆਦਾ ਤੋਂ ਜ਼ਿਆਦਾ ਦਰਖਤ ਲਾਓ, ਪਾਣੀ ਦਾ ਬਚਾਅ ਕਰੋ, ਕੰਮ ਕਰਨ ਦੀ ਇੱਛਾ ਰੱਖੋ, ਨਾ ਕਿ ਯੋਧਣਾ ਮਾਣ ਦਾ ਮਤਲਬ ਮਨ ਵਿੱਚ ਰੱਖੋ ਕਿ ਸਾਨੂੰ MLA ਬਣ ਗਏ ਆ ਜਾਂ ਅਸੀਂ MP ਬਣ ਗਏ ਆ, ਉਹ ਵੀ ਬਣੇ ਰਹੋ, ਕੋਈ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿਸੇ ਨੂੰ, ਤੁਸੀਂ ਰਾਜ ਕਰੋ ਪਰ ਨਾਲ ਨਾਲ ਦੁਨੀਆ ਦਾ, ਇਨਸਾਨੀਅਤ ਦਾ ਵੀ ਖਿਆਲ ਰੱਖ ਕੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ। ਪਾਕਿਸਤਾਨ ਦੇ ਤਾਰਕ ਮੁਹੰਮਦ ਜੀ ਜਨਰਲ ਕੌਂਸਲ ਤੁਸੀਂ ਬੁਲਾਇਆ ਅਤੇ ਉਹ ਆਇਆ ਅਤੇ ਇਮਰਾਨ ਖਾਨ ਜੀ ਦੇ ਮੈਸੇਜ ਦੇ ਉੱਤੇ, ਮਤਲਬ ਇਮਰਾਨ ਖਾਨ ਜੀ ਨਹੀਂ ਪਹੁੰਚੇ ਅਤੇ ਉਹ ਮੈਸੇਜ ਲੈ ਕੇ ਆਇਆ, ਕਿਹੋ ਜਿਹੀਆਂ ਉਮੀਦਾਂ ਰੱਖਦੇ ਹਾਂ ਜਿੱਦਾਂ ਕੋਰੀਡੋਰ ਖੁੱਲ੍ਹਣ 'ਤੇ ਪਾਕਿਸਤਾਨ ਦੇ, ਕਿ ਵਪਾਰਕ ਅਦਾਰੇ ਵੀ ਖੁੱਲ੍ਹਣੇ ਚਾਹੀਦੇ ਆ, ਜਾਂ ਕਿਹੋ ਜਿਹੀ ਸੰਗਤ ਦੇ ਅੰਦਰ ਕੀ ਹੈਗੀ ਆ ਆਸ, ਆਸ ਦੀ ਕਿਰਨ ਕੀ ਆ? ਦੇਖੋ ਸਿੱਖਾਂ ਦੇ ਵਿੱਚ ਬਹੁਤ ਭਾਰੀ ਖੁਸ਼ੀ ਹੈ ਕੋਰੀਡੋਰ ਖੁੱਲ੍ਹਣ ਦੇ ਨਾਲ। ਆਸ ਰੱਖਦੇ ਹਾਂ ਕਿ ਹੁਣ ਬਿਜ਼ਨਸ ਵੀ ਬਹੁਤ ਛੇਤੀ ਖੁੱਲ੍ਹ ਜਾਣਾ। ਪਬਲਿਕ ਓਪੀਨੀਅਨ ਜੋ ਆਇਆ ਹੈ ਉੱਥੋਂ, ਬੰਦੇ ਜਿਹੜੇ ਜਾ ਕੇ ਆਏ ਨੇ ਸਾਡੇ ਸੱਜਣ ਮਿੱਤਰ, ਉਹ ਦੱਸਦੇ ਨੇ ਰੇਲਵੇ ਲਾਈਨ 'ਤੇ ਵੀ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਸੋ ਇਹ ਬਿਜ਼ਨਸ ਜਿਹੜਾ ਹੁਣ ਖੁੱਲ੍ਹ ਕੇ ਹੀ ਰਹਿਣਾ ਔਰ ਖੁੱਲ੍ਹਣਾ ਵੀ ਚਾਹੀਦਾ ਹੈ। ਅਸੀਂ ਵੀ ਕੱਲ੍ਹ ਆਪਣੇ ਡਿਮਾਂਡ ਕੀਤੀ, ਸਾਨੂੰ ਇੱਥੋਂ ਬਹੁਤ ਲੋੜ ਆ, ਸੰਗਤਾਂ ਦੇ ਵਿੱਚੋਂ ਆਵਾਜ਼ ਆਈ ਕਿ ਇੱਥੋਂ ਸਿੱਧੀ ਫਲਾਈਟ ਪਾਕਿਸਤਾਨ ਨੂੰ ਜਾਵੇ। ਸੋ ਡਾਕਟਰ ਤਾਰਕ ਮੁਹੰਮਦ ਜੀ ਨੇ ਸਾਡੇ ਨਾਲ, ਜੋ ਪਾਕਿਸਤਾਨ ਦੇ ਕੌਂਸਲ ਜਨਰਲ, ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਤੁਹਾਡਾ ਮੈਸੇਜ ਜਿਹੜਾ ਉੱਥੇ ਸਰਕਾਰ ਪਹੁੰਚਾਵਾਂਗਾ। ਤੱਕ ਪਹੁੰਚਾਵਾਂਗੇ। ਹਾਂਜੀ, ਜਾਂ ਸਾਡੀਆਂ ਜਿਹੜੀਆਂ ਬਿਲਡਿੰਗਾਂ ਉੱਥੇ, ਅਸੀਂ ਉਹਨਾਂ ਨੂੰ ਕੱਲ੍ਹ ਆਪਣੀ ਚਿੰਤਾ ਜ਼ਾਹਿਰ ਕੀਤੀ ਵੀ ਸਾਡੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ, ਹੈਰੀਟੇਜ ਜਿਹੜੇ ਸਾਡੇ ਗੁਰੂ ਘਰ ਨੇ, ਜਾਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਰਿਲੇਟਡ ਕੋਈ ਬਿਲਡਿੰਗਾਂ ਹਨ, ਉਹਨਾਂ ਨੂੰ ਮਾਡਲ ਹੈਗੇ ਨੇ, ਉਹਨਾਂ ਨੂੰ ਸਾਂਭਿਆ ਜਾਵੇ ਐਜ਼ ਇਟ, ਨਾ ਕਿ ਉਹਨਾਂ ਨੂੰ ਢਾ ਕੇ। ਸਾਡੇ ਕਾਰ ਸੇਵਾ ਵਾਲੇ ਬਾਬੇ ਜੋ ਪੰਜਾਬ ਵਿੱਚ, ਉਹਨਾਂ ਨੇ ਕੰਮ ਕੀਤਾ ਕਿ ਚਿੱਟੇ ਸੰਗਮਰਮਰ ਦੇ ਪੱਥਰ ਲਾ ਕੇ ਉਹਨਾਂ ਨੂੰ ਤਹਿਸ ਨਹਿਸ ਕਰਤਾ, ਬਲਕਿ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਿਲਡਿੰਗਾਂ ਬਣ ਗਈਆਂ, ਪਰ ਸਾਡੀ ਜਿਹੜੀ ਪੁਰਾਣੀ ਵਿਰਾਸਤ ਸੀ, ਸਾਡੀ ਹੈਰੀਟੇਜ, ਉਹਨੂੰ ਨਹੀਂ ਸਾਂਭਿਆ ਗਿਆ। ਇਹ ਅਸੀਂ ਆਪਣੀ ਚਿੰਤਾ ਦਾ ਵਿਸ਼ਾ ਉਹਨਾਂ ਨਾਲ ਸਾਂਝਾ ਕੀਤਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਨਾਂ ਦਾ ਖਾਸ ਖਿਆਲ ਰੱਖਾਂਗੇ। ਰਾਏ ਸਾਹਿਬ ਬੜਾ ਚੰਗਾ ਲੱਗਿਆ ਤੁਹਾਡੇ ਚੰਗੇ ਵਿਚਾਰ ਸੁਣ ਕੇ, ਆਪਣੇ ਪੰਜਾਬ ਦੇ ਅੰਦਰ ਖਾਸ ਕਰਕੇ, ਕਿਉਂਕਿ ਪਿੱਛੇ ਸਮੇਂ 'ਚ ਆਪਾਂ ਦੇਖਿਆ ਵੀ ਡਰੱਗ ਦੀ ਭੇਟ ਚੜ੍ਹੇ ਨੇ ਬਹੁਤ ਸਾਰੇ ਨੌਜਵਾਨ, ਔਰ ਕੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ, ਜਾਂ ਉੱਥੇ ਕਿਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਕਿ ਸਾਡੀ ਪੰਜਾਬ ਦੀ ਜਵਾਨੀ ਜਿਹੜੀ ਉਹ ਬਚ ਸਕੇ? ਇਹ ਬਹੁਤ ਚਿੰਤਾ ਦਾ ਵਿਸ਼ਾ ਜੀ ਇਹ। ਸੋ ਮੈਂ ਤਾਂ ਇਹੀ ਬੇਨਤੀ ਅਸੀਂ ਕਰ ਸਕਦੇ ਹਾਂ ਕਿ ਭਾਈ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਮੋਹਤਵਰ ਸੱਜਣ ਹੁੰਦੇ ਨੇ, ਹੁਣ ਸਾਡਾ ਜਿਹੜੀਆਂ ਪੁਰਾਣੀ ਚੀਜ਼ਾਂ ਸੀ ਸਾਡੀਆਂ, ਕਿੱਥੇ ਗਿਆ ਸਾਡਾ ਗੱਤਕਾ? ਸਾਡੀ ਕਬੱਡੀ ਪਿੰਡਾਂ ਦੇ ਵਿੱਚ ਬੜੀ ਖੁਸ਼ਹਾਲ ਹੁੰਦੀ ਸੀ, ਹਰੇਕ ਪਿੰਡ ਵਿੱਚ ਕਬੱਡੀ ਦੀ ਟੀਮ ਹੁੰਦੀ ਸੀ, ਸਾਡੇ ਪਿੰਡਾਂ ਦੇ ਵਿੱਚ ਜਿਮ ਹੁੰਦੇ ਸੀ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਦੋ ਸੱਜਣ ਬਹੁਤ ਮੋਹਤਵਾਰ ਹੁੰਦੇ ਸੀ, ਉਹਨਾਂ ਨੇ ਸਾਡੇ ਪਿੰਡ ਜਿਮ ਬਣਾਇਆ। ਮੈਂ ਪਿੱਛੋਂ ਜ਼ਿਲ੍ਹਾ ਜਲੰਧਰ ਪਿੰਡ ਪਰਾਗਪੁਰ ਦੇ ਸੰਬੰਧਿਤ ਹਾਂ ਜੀ, ਉੱਥੇ ਜੰਮ ਪਲ ਕੇ ਵੱਡਾ ਹੋ ਕੇ ਮੈਂ ਇੱਥੇ ਆਇਆ। ਸੋ ਗੱਲ ਆਈ ਹੈ ਆਪਾਂ ਵਿਸ਼ੇ 'ਤੇ
ਕਿ ਸਾਨੂੰ ਚਾਹੀਦਾ ਪਿੰਡਾਂ ਦੇ ਵਿੱਚ ਜਿਮ ਹੋਣੇ ਚਾਹੀਦੇ, ਬਹੁਤ ਲਾਜ਼ਮੀ ਹੋਣ ਜੀ ਹੈਗੇ ਹਨ। ਸੋ ਨਾਲ ਨਾਲ ਸਾਨੂੰ ਖੇਡਾਂ ਨੂੰ ਉਤਸ਼ਾਹਿਤ ਜ਼ਿਆਦਾ ਕਰਨਾ ਚਾਹੀਦਾ, ਜੋ ਸਾਡੇ ਸਿੱਖ ਜਾਂ ਕੋਈ ਵੀ ਯੰਗ ਜਨਰੇਸ਼ਨ, ਕੋਈ ਕਿਸੇ ਵੀ ਉਹ ਧਰਮ ਨਾਲ ਰਿਲੇਟਡ ਆ, ਉਹ ਆਪਣੀਆਂ ਖੇਡਾਂ ਵੱਲ ਨੂੰ ਉਤਸ਼ਾਹਿਤ ਹੋ ਕੇ ਬਿਲਕੁਲ ਨਸ਼ੇ ਤੋਂ ਬਚ ਸਕਣ। ਬਾਕੀ ਸਾਡੀ ਲੀਡਰਸ਼ਿਪ ਦੀ ਘਾਟ ਜਿਹੜੀ ਹੈਗੀ ਆ, ਮੈਨੂੰ ਕੋਈ ਜੇ ਯਕੀਨੀ ਨਾ, ਆਪਾਂ ਨੂੰ ਕੋਈ ਇੱਦਾਂ ਦਾ ਹੈਗਾ, ਮੈਂ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦਾ ਕਿ ਸਾਡੀ ਲੀਡਰਸ਼ਿਪ ਉੱਥੇ ਦੀ ਨਿਕੰਮੀ ਆ, ਜੋ ਸਾਨੂੰ ਉੱਥੇ ਕੋਈ ਉੱਦਾਂ ਦਾ ਪੜ੍ਹਿਆ ਲਿਖਿਆ ਨੌਜਵਾਨ ਵਰਗ, ਜਦੋਂ ਉਸ ਨੂੰ ਜੋਬ ਜਾਂ ਰੁਜ਼ਗਾਰ ਨਹੀਂ ਮਿਲ ਰਿਹਾ, ਤੇ ਫਿਰ ਉਹ ਇੱਧਰ ਉੱਧਰ ਭਟਕ ਕੇ ਪੁੱਠੇ ਕੰਮਾਂ 'ਚ ਪੈਂਦੇ ਨੇ। ਆਹ ਮੁਲਕਾਂ ਦੇ ਵਿੱਚ ਮਾਡਲ ਆ, ਸਾਰੇ MP MLA ਇੱਥੇ ਦੇਸ਼ਾਂ ਵਿਦੇਸ਼ਾਂ 'ਚ ਆਉਂਦੇ ਨੇ, ਇੱਥੋਂ ਭਾਈ ਕੁਝ ਸਿੱਖ ਕੇ ਜਾਇਆ ਕਰੋ, ਦੇਸ਼ ਵਿਦੇਸ਼ ਵਿੱਚ ਸਾਰੇ ਤੁਸੀਂ ਘੁੰਮਦੇ ਹੋ, ਇੱਥੋਂ ਕੁਛ ਲਿਜਾ ਕੇ ਉੱਥੇ ਪਿੰਡ ਆਪਣੇ ਪਿੱਛੇ ਮੁਲਕ ਨੂੰ ਕੁਛ ਦਿਓ, ਰੋਲ ਮਾਡਲ ਰੁਜ਼ਗਾਰ ਪੈਦਾ ਕਰੋ, ਤਾਂ ਤੁਹਾਡਾ ਗਾਂ ਯੰਗ ਜਨਰੇਸ਼ਨ ਜਿਹੜੀ ਬਚਣੀ ਆ। ਡਰੱਗ ਦੀ ਸਮੱਸਿਆ ਹਰੇਕ ਮੁਲਕ 'ਚ ਹੈਗੀ ਆ, ਬੇਸ਼ੱਕ ਇਹਦੇ ਵਿੱਚ ਕੋਈ ਮਨਾ ਨਹੀਂ ਕਰਦਾ, ਸਾਰੇ ਮੁਲਕਾਂ ਦੇ ਵਿੱਚ ਹੈਗੀ, ਸਾਰੀਆਂ ਕੰਟਰੀਆਂ 'ਚ ਹੈਗੀ ਆ, ਪਰ ਆਪਣੇ ਮੁਲਕ ਵਿੱਚ ਲੋੜ ਤੋਂ ਵੱਧ ਆ। ਉਹਦਾ ਵੱਡਾ ਕਾਰਨ ਆ ਬੇਰੁਜ਼ਗਾਰੀ। ਕਿਉਂਕਿ ਜਿੱਦਾਂ ਕਿਹਾ ਵੀ ਹੋਣਾ, ਅਮਲਾਂ ਦੇ ਨਾਲ ਨਿਬੇੜਾ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਉਂਕਿ ਅਮਲ ਦੇ ਨਾਲ ਹੀ ਨਿਬੇੜਾ ਹੋਣਾ ਆ। ਅਮਲ ਜੇ ਕੀਤੇ ਦੁਨੀ ਵਿੱਚ ਤੇ ਦਰਗੇ ਆਇਓ ਕੰਮ, ਸੋ ਅਮਲ ਦੇ ਨਾਲ ਹੀ ਸਾਰਾ ਕੁਛ ਹੈ। ਤੋ ਦੋਸਤੋ, ਜਿੱਦਾਂ ਰਾਜ ਸਾਹਿਬ ਨੇ ਆਪਣੇ ਚੰਗੇ ਵਿਚਾਰ ਦੱਸੇ ਆ ਕਿ ਸਾਨੂੰ ਸਾਡੇ ਪਿੰਡਾਂ ਨੂੰ ਦੀ ਸਾਂਭ ਸੰਭਾਲ ਲਈ, ਆਪਣੀ ਦਸਾਂ ਨਹੁੰ ਦੀ ਕਿਰਤ ਕਮਾਈ ਦੇ ਵਿੱਚੋਂ ਭਾਵੇਂ ਆਪਾਂ ਆਪਣਾ ਆਪਣਾ ਪਿੰਡ ਹੀ ਸਾਂਭ ਲਈਏ, ਥੋੜ੍ਹਾ ਥੋੜ੍ਹਾ ਕਰਕੇ ਸਾਰੇ ਪਿੰਡ ਵਾਲੇ ਵੀ ਸਹਿਯੋਗ ਕਰਨ, ਤਾਂ ਜੋ ਸਾਡੇ ਜਿੱਥੇ ਜਵਾਨੀ ਵੱਧ ਸਕੇ ਉੱਥੇ ਸਾਡੇ ਚੰਗੇ ਮੈਦਾਨਾਂ ਦੇ ਵਿੱਚ ਰੌਣਕਾਂ ਲੱਗਣ, ਅਤੇ ਵਿਹਲੀਆਂ ਸੱਥਾਂ ਨੂੰ ਛੱਡ ਕੇ ਨੌਜਵਾਨ ਜਿੰਮਾਂ ਵੱਲ ਜਾਣ, ਉਹਨਾਂ ਗਰਾਊਂਡਾਂ ਵੱਲ ਜਾਣ। ਜੀ ਸੋ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ। ਫਤਿਹ।